ਆ ਗਿਆ ਲੁਟੇਰਿਆਂ ਦੇ ਮੁਲਕ। ਪਹਿਲਾਂ ਤੇ ਨਹਿਰੂ ਪਰਿਵਾਰ ਨੇ ਇਹਨੂੰ ਬੜਾ ਲੁੱਟਿਆ, ਬੜਾ ਲੰਮਾ ਸਮਾਂ ਲੁੱਟਿਆ ਤੇ ਨਾਲ ਲੋਕਾਂ ਨੂੰ ਕੁੱਟਿਆ। ਸਿੱਖਾਂ ਦਾ ਘਾਣ ਕਰਨ ਵਾਲੀ ਇਹ ਤੇ ਰਹਿੰਦਾ ਖੁੰਦਾ, ਮੈਂ ਕਿਸੇ ਦੇ ਵੀ ਖਿਲਾਫ ਨਹੀਂ ਬੋਲਦਾ। ਬਾਦਲ ਪਰਿਵਾਰ ਨੇ ਵੀ ਕੋਈ ਕੱਖ ਨਹੀਂ ਛੱਡਿਆ। ਜੇ ਤੁਹਾਡੇ ਸਿੱਖਾਂ ਦਾ ਅੰਦਰੂਨੀ ਤੌਰ ਤੇ ਆਰ ਐਸ ਐਸ ਦਾ ਏਜੰਟ ਜੇ ਤੇ ਪੱਕਾ ਹੀ ਉਹਨਾਂ ਦਾ ਭਾਈਵਾਲ ਜੇ ਬੋਲੇ ਅੱਜ ਵੀ ਇਹ ਤੁਹਾਨੂੰ ਧੋਖੇ ਚ ਰੱਖ ਕੇ ਕੋਈ ਮੰਤਰੀ ਮੁੰਤਰੀ ਦੇ ਉਹਦੇ ਤੋਂ ਕੋਈ ਅਸਤੀਫਾ ਨਹੀਂ ਦਿੱਤਾ। ਅੰਦਰਲੇ ਖਾਤੇ ਇਹਨਾਂ ਦੀ ਮਿਲੀ ਭੁਗਤਿਆ, ਰੋਜ਼ ਇਹਨਾਂ ਦੀਆਂ ਮੀਟਿੰਗਾਂ ਚੱਲਦੀਆਂ ਵੀ ਕਿਸਾਨਾਂ ਮਜ਼ਦੂਰਾਂ ਨੂੰ ਮਾਰਨਾ ਕਿਤਨਾ ਵਾ, ਕਿੱਥੋਂ ਦਾਅ ਲਾਉਣਾ ਵਾ, ਇਹ ਦਾਅ ਲਾ ਲਾ ਕੇ ਢਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ। ਇਹ ਵੱਖਰੀ ਗੱਲ ਆ, ਬਹੁਤ ਕਿਸਮਤ ਵਾਲੇ ਜੇ ਤੁਹਾਡੀਆਂ 31 ਜਥੇਬੰਦੀਆਂ ਦੇ ਵਿੱਚ ਕੋਈ ਦੋਫਾੜ ਨਾ ਹੋਵੇ, ਏਕੇ ਦੇ ਨਾਲ ਚੱਲਣ, ਸਮਾਂ ਤਾਂ ਜ਼ਰੂਰ ਲੱਗੂਗਾ ਪਰ ਸਾਰਾ ਕੁਝ ਸਿਸਟਮ ਇਹਨਾਂ ਨੂੰ ਬਦਲਣਾ ਪਊਗਾ। ਕਿਉਂਕਿ ਕੋਈ ਵੀ ਸਰਕਾਰ, ਕੋਈ ਵੀ ਪੰਚਾਇਤ 5 ਸਾਲ ਤੋਂ ਵੱਧ ਨਹੀਂ ਚੁਣੀ ਜਾਂਦੀ। ਉਹਦੇ ਕਾਰਨਾਮੇ ਚੰਗੇ ਹੋਣ 'ਤੇ ਅਗਲੀ ਵਾਰ ਨੂੰ ਉਹਨੂੰ ਮੌਕਾ ਮਿਲਦਾ, ਨਹੀਂ ਤਾਂ ਉਹਨੂੰ ਕੋਈ ਸਰਪੰਚ, ਉਹਨੂੰ ਕੋਈ MLA, ਉਹਨੂੰ ਮੰਤਰੀ ਨੂੰ ਕੋਈ ਸਲਾਮ ਨਹੀਂ ਦਿੰਦੀ। ਇਸ ਮੋਦੀ ਦਾ ਉਹ ਹਸ਼ਰ ਹੋਣਾ ਤੁਹਾਡੇ ਸਾਹਮਣੇ, ਕਈਆਂ ਦੇ ਤਾਂ ਪੁਰਜੇ ਲੱਭੇ ਆ ਅਤੇ ਕਈਆਂ ਦੇ ਲੱਭਣੇ ਹੀ ਨਹੀਂ। ਇਹ ਤਾਂ ਇੱਕ ਬਾਂਦਰ ਦੀ ਔਲਾਦ ਦੇ ਵਿੱਚੋਂ ਸੋਧਿਆ ਵਾ, ਇਹਨੂੰ ਤਾਂ ਪਹਿਲਾਂ ਸਾਰਾ ਕੁਛ ਹੀ ਬਾਂਦਰ ਦਾ ਲੱਗਾ। ਇਹਨੇ ਅਪਰੇਟ ਕਰਾਇਆ ਬੜਾ ਆਪਣਾ, ਲੁੱਟ ਪੁੱਟ ਕੇ ਗੁਜਰਾਤ ਨੂੰ ਅਤੇ ਪੂਛ ਪਾਛ ਕਟਾ ਕੇ ਮੂੰਹ ਸਿਰ ਬਣਾਇਆ ਅਤੇ ਬੰਦਾ ਬਣਿਆ, ਪਰ ਬਾਂਦਰ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇਹਨੇ ਉਹੋ ਹੀ ਟਪੋਸਣੀਆਂ, ਉਹੋ ਹੀ ਕੰਮ, ਉਹੋ ਹੀ ਲੁੱਟਾਂ ਖੋਹਾਂ, ਉਹੋ ਹੀ ਕਾਰੇ ਬਾਰੇ ਜਿਹੜੇ ਆ ਕਰ ਰਿਹਾ ਵਾ। ਅਸਲ ਵਿੱਚ ਤੁਹਾਡਾ ਇਹ ਕਾਰ ਥੱਲ ਪਾ ਦੂੰਗਾ, ਬਿਲਕੁਲ ਪਾ ਦੂੰਗਾ, ਕਿਉਂਕਿ ਇੱਕ ਥਾਂ 'ਤੇ ਨਹੀਂ, ਪੰਜਾਬ, ਹਰਿਆਣਾ, UP, ਮਹਾਰਾਸ਼ਟਰ, ਬੰਗਾਲ, ਮਮਤਾ ਇਕੱਲੀ ਨਹੀਂ ਮਾਣ, ਉਹ ਇਕੱਲੀ ਉਹਨੂੰ ਗਾੜੀ ਲਾਈ ਫੰਡ ਹੀ ਆ। ਇੱਕ ਦੁੱਧ ਵੇਚਣ ਵਾਲੀ, 15 ਕਿਲੋ ਦੁੱਧ ਵੇਚ ਕੇ ਤਲਾਰ ਨੂੰ ਗੁਜ਼ਾਰਾ ਕਰਨ ਵਾਲੀ, ਮੋਦੀ ਨੂੰ ਆਉਂਦੀ ਆ ਸਿੱਧਾ ਹੋ, ਤੇਰੇ ਮੈਂ ਬਾਲੇ ਕੱਢਾਂ। ਬਾਲੇ ਦਾ ਮਤਲਬ ਤੈਨੂੰ ਮੈਂ ਸਬਕ ਸਿਖਾਵਾਂ, ਤੈਨੂੰ ਮੈਂ ਰਾਜ ਭਾਗ ਦਵਾਵਾਂ ਬੰਗਾਲ ਦੇ ਵਿੱਚ, ਅਤੇ ਆਪਾਂ ਤਾਂ ਫਿਰ ਇਹਦੇ ਤਗੜੇ ਮਰਦੇ ਹਾਂ, ਰੋਟੀ ਵੀ ਖਾਂਦੇ ਹਾਂ, ਜਿਸਮਾਨੀ ਤੌਰ 'ਤੇ ਵੀ ਤਗੜੇ ਹਾਂ, ਆਰਥਿਕ ਤੌਰ 'ਤੇ ਵੀ ਸਾਡੇ ਕੋਲ ਕੁਛ ਹੈਗਾ ਵਾ। ਇਹ ਵੀਰੋ ਮੈਂ ਤੁਹਾਨੂੰ ਵਾਰ ਵਾਰ ਬੇਨਤੀ ਕਰਦਾ ਵਾਂ, ਜਿੰਨੀਆਂ ਸੂਰਤਾਂ ਇਹ ਪਵਿੱਤਰ ਹਸਤੀਆਂ ਇਸ ਪੰਡਾਲ ਦੇ ਵਿੱਚ ਆਈਆਂ ਵਾਂ, ਇਸੇ ਤਰ੍ਹਾਂ ਹੀ ਜੁੜੇ ਰਹੋ, ਏਕੇ ਨੂੰ ਬਣਾਈ ਰੱਖੋ, ਇੱਕ ਦੂਜੇ 'ਤੇ ਦੂਸ਼ਣਬਾਜ਼ੀ ਪਿੰਡਾਂ 'ਚ ਨਾ ਲਾਓ। ਪੰਚਾਇਤਾਂ 'ਚ ਵਿਹਬੜ ਪੈਂਦੇ ਆ, ਕਈ ਕੁਛ ਹੁੰਦਾ ਵਾ, ਭਰਾ ਭਰਾਵਾਂ ਨੂੰ ਅੱਡ ਹੁੰਦੇ ਜੇ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ, ਪਰ ਇਸ ਮਸਲੇ 'ਤੇ ਇਕੱਠੇ ਰਹੋ। ਇਸ ਮਸਲੇ ਦੇ ਉੱਤੇ ਸੈਂਟਰ ਸਰਕਾਰ ਦੀਆਂ, ਅਮਿਤ ਸ਼ਾਹ ਦੀਆਂ ਅਤੇ ਇਹ ਮੋਦੀ ਦੀਆਂ ਸਭ ਲੱਤਾਂ ਲੁੱਤਾਂ ਖਿੱਚ ਕੇ ਜਿੱਦਣ ਨੂੰ ਮਰਜ਼ੀ ਲੈ ਜਾਓ, ਤੁਹਾਡੀ ਜਿੱਤ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।